ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ। ਮੈਂ ਹਾਂ ਸੁਰਿੰਦਰ ਡੱਲਾ। ਸਭ ਤੋਂ ਪਹਿਲਾਂ ਇੱਕ ਨਜ਼ਰ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸੁਰੱਖਿਆ ਤੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਚਿੱਠੀ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਇਮਰਾਨ ਖਾਨ ਦੀ ਚਿੱਠੀ ਤੋਂ ਬਾਅਦ ਭਾਰਤ ਸਰਕਾਰ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਗੱਲਬਾਤ ਕਰਨ ਲਈ ਹੈ ਤਿਆਰ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ। ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਬਹੁਮਤ ਨਾਲ ਜਿੱਤਣ ਦਾ ਕੀਤਾ ਦਾਅਵਾ। ਕਿਹਾ ਆਮ ਲੋਕਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਨਕਾਰਿਆ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ। ਕਾਂਗਰਸ ਸਰਕਾਰ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਧੱਕੇਸ਼ਾਹੀ ਦੇ ਲਾਏ ਇਲਜ਼ਾਮ। ਕਿਹਾ ਪੰਜਾਬ ਵਿੱਚ ਲੋਕਤੰਤਰ ਹੋਇਆ ਖਤਮ। ਅਕਾਲੀ ਦਲ ਵੱਲੋਂ ਬਠਿੰਡਾ ਵਿੱਚ ਕਾਂਗਰਸ ਸਰਕਾਰ ਦੇ ਖਿਲਾਫ ਰੋਸ ਵਿਖਾਵਾ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੀਤਾ ਧਰਨਾ ਪ੍ਰਦਰਸ਼ਨ। ਸਿਕੰਦਰ ਸਿੰਘ ਮਲੂਕਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੰਗਿਆ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ। ਕਾਂਗਰਸ ਦੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ। ਚੰਡੀਗੜ੍ਹ ਵਿੱਚ ਪੰਜਾਬ ਮੰਤਰੀ ਮੰਡਲ ਦੀ ਹੋਈ ਅਹਿਮ ਬੈਠਕ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਈ ਅਹਿਮ ਮਤਿਆਂ ਨੂੰ ਕੀਤਾ ਗਿਆ ਮਨਜ਼ੂਰ। ਸ਼ਾਹਪੁਰ ਕੰਡੀ ਡੈਮ ਦੀ ਉਸਾਰੀ ਲਈ 2,800 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ। ਤਾਂ ਆਨੰਦਪੁਰ ਸਾਹਿਬ ਤੋਂ ਲੈ ਕੇ ਨੈਣਾ ਦੇਵੀ ਰੋਪ ਨੂੰ ਵੀ ਦਿੱਤੀ ਗਈ ਮਨਜ਼ੂਰੀ। ਹਿਮਾਚਲ ਅਤੇ ਪੰਜਾਬ ਸਰਕਾਰ ਮਿਲ ਕੇ ਬਣਾਏਗੀ ਰੋਪਵੇ। ਅਤੇ ਸਨਅਤੀ ਕੇਂਦਰ ਲੁਧਿਆਣਾ ਵਿਖੇ ਰਾਜ ਪੱਧਰੀ ਸਮਾਗਮ ਵਿੱਚ ਮਨਾਇਆ ਗਿਆ ਭਾਈ ਕਨ੍ਹੱਈਆ ਜੀ ਦਾ ਜਨਮ ਦਿਹਾੜਾ। ਪੰਜਾਬ ਸਰਕਾਰ ਵੱਲੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਨੇ ਲਵਾਈ ਹਾਜ਼ਰੀ। ਸਿਮਰਜੀਤ ਸਿੰਘ ਬੈਂਸ 'ਤੇ ਕੀਤੀ ਤਿੱਖੀ ਟਿੱਪਣੀ। ਕਿਹਾ ਤੀਜੇ ਮੋਰਚੇ ਵਿੱਚ ਆਪਣੀ ਸਿਆਸੀ ਥਾਂ ਭਾਲ ਰਿਹਾ ਸਿਮਰਜੀਤ ਬੈਂਸ। ਅਤੇ ਹੁਣ ਸੁਰੱਖਿਆ ਦਾ ਵਿਸਥਾਰ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ 25 ਅਕਤੂਬਰ ਨੂੰ ਯੂਨਾਈਟਿਡ ਨੇਸ਼ਨਸ ਦੀ ਮੀਟਿੰਗ ਦੇ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਆਪਸ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ 'ਤੇ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅੱਜ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਇਸ ਗੱਲ ਦੀ ਇੱਛਾ ਪ੍ਰਗਟ ਕੀਤੀ ਹੈ ਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਦਵੱਲੀ ਗੱਲਬਾਤ ਦੇ ਹਾਮੀ ਨੇ। ਉਹਨਾਂ ਇਸ ਚਿੱਠੀ ਵਿੱਚ ਜੰਮੂ ਕਸ਼ਮੀਰ ਦੇ ਮਸਲੇ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੂਰਿਜ਼ਮ, ਰਿਲੀਜੀਅਸ ਟੂਰਿਜ਼ਮ ਦੇ ਮਸਲਿਆਂ ਸਣੇ ਸਾਰੇ ਅਹਿਮ ਮਸਲਿਆਂ ਨੂੰ ਚੱਕਿਆ। ਉੱਧਰ ਭਾਰਤ ਅਤੇ ਪਾਕਿਸਤਾਨ ਵਿੱਚ ਗੱਲਬਾਤ ਦੀਆਂ ਸੰਭਾਵਨਾਵਾਂ ਤੋਂ ਬਾਅਦ ਜਿੱਥੇ ਪੰਜਾਬ ਵਿੱਚ ਸਵਾਗਤ ਕੀਤਾ ਜਾ ਰਿਹਾ, ਉੱਥੇ ਹੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਵੀ ਇਮਰਾਨ ਖਾਨ ਦੀ ਲਿਖੀ ਚਿੱਠੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਨਰਿੰਦਰ ਮੋਦੀ ਜ਼ਰੂਰ ਪਾਕਿਸਤਾਨ ਨਾਲ ਚੰਗੇ ਪੱਧਰ 'ਤੇ ਗੱਲਬਾਤ ਤੋਰਨਗੇ। ਮੈਂ ਸਮਝਦਾ ਕਿ ਪਾਕਿਸਤਾਨ ਨੂੰ ਜੋ ਮੋਦੀ ਜੀ ਨੇ ਸੰਦੇਸ਼ ਦਿੱਤਾ ਕਿ ਦੋਸਤੀ ਔਰ ਆਤੰਕਵਾਦ ਇਕੱਠੇ ਨਹੀਂ ਚੱਲ ਸਕਦੇ। ਭਾਰਤ ਤਾਂ ਹੈ ਹੀ ਕਿ ਸਾਰਿਆਂ ਨਾਲ ਦੋਸਤੀ ਚਾਹੁੰਦਾ, ਪਰ ਪਾਕਿਸਤਾਨ ਨੂੰ ਆਤਮ ਚਿੰਤਨ ਕਰਨਾ ਚਾਹੀਦਾ, ਸੁਧਾਰ ਕਰਨਾ ਚਾਹੀਦਾ। ਨਵਜੋਤ ਸਿੰਘ ਸਿੱਧੂ ਇੱਕ ਜੁਮਲੇ ਝੂਠੇ ਬੋਲਣ ਵਾਲਾ ਮਸਖਰਾ ਹੈ, ਬੇਗਾਨੀ ਜੰਜ ਅਬਦੁੱਲਾ ਦੀਵਾਨਾ। ਉੱਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਮਰਾਨ ਖਾਨ ਵੱਲੋਂ ਲਿਖੀ ਚਿੱਠੀ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਤੇ ਭਾਰਤ ਦੀ ਸਰਕਾਰ ਨੂੰ ਪਾਕਿਸਤਾਨ ਨਾਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਅੱਗੇ ਤੋਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਦੇ ਸਿੱਖ ਇਸ ਗੱਲ ਦੇ ਹਾਮੀ ਨੇ ਕਿ ਜਲਦ ਤੋਂ ਜਲਦ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹੇ।
ਅਸੀਂ ਇਸ ਗੱਲ ਦੇ ਹਾਮੀ ਸਾਂ। ਅਸੀਂ ਤਾਂ 8 ਸਾਲ ਪਹਿਲਾਂ ਸਾਨੂੰ ਉਮੀਦ ਸੀ ਵੀ ਇਹ ਰਸਤਾ ਖੁੱਲ੍ਹੇਗਾ। ਅਸੀਂ 8 ਸਾਲ ਪਹਿਲਾਂ ਉੱਥੇ ਰਾਵੀ ਤੋਰੇ ਬਹੁਤ ਵੱਡਾ ਇੱਕ ਗੇਟ ਵੀ ਬਣਾਤਾ ਸੀ ਵੀ ਕਰਤਾਰਪੁਰ ਸਾਹਿਬ ਨੂੰ ਜਾਣ ਦਾ ਰਸਤਾ। ਉੱਥੇ 500 ਬੰਦਿਆਂ ਦੇ ਬਹਿਣ ਦੀ ਜਗ੍ਹਾ ਵੀ ਬਣਾਤੀ ਸੀ ਵੀ ਆਰਾਮ ਨਾਲ ਲੋਕ ਬੈਠ ਕੇ ਕੁਝ ਆਰਾਮ ਕਰਨਾ ਚਾਹੁਣ ਕਰ ਸਕਣ। ਅਤੇ ਸਾਨੂੰ ਤਾਂ ਉਮੀਦ ਸੀ 8 ਸਾਲ ਪਹਿਲਾਂ ਦੀ। ਹੁਣ ਇਹ ਸਿੱਧੂ ਅਤੇ ਪਾਕਿਸਤਾਨ ਜਾਣ ਨਾਲ ਇਹ ਆਵਾਜ਼ ਉੱਠੀ ਹੈ। ਮੈਂ ਸਮਝਦਾ ਕਿ ਜਿਹੜਾ ਇਮਰਾਨ ਖਾਨ ਨੇ ਆਪਣੇ ਦੋਸਤ ਨੂੰ ਬੁਲਾਇਆ ਇਹ ਸ਼ਾਇਦ ਗੱਲ ਕਰਕੇ ਜਨਰਲ ਬਾਜਵਾ ਨੇ ਬਹੁਤ ਵਧੀਆ ਕੰਮ ਕੀਤਾ, ਪਰ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗਾ ਕਿ ਹੁਣ ਇਸ ਕੰਮ ਨੂੰ ਸਿਰੇ ਚਾੜਨ, ਹੁਣ ਗੱਲਾਂ 'ਚ ਨਾ ਰੱਖਣ। ਆਪਣੀ ਹਿੰਦੁਸਤਾਨ ਦੀ ਸਰਕਾਰ ਤਦ ਮੰਨੇਗੀ ਨਹੀਂ ਮੰਨੇਗੀ, ਉਹ ਆਪਣੇ ਵੱਲੋਂ ਕਰਤਾਰਪੁਰ ਤੋਂ ਲੈ ਕੇ ਆਖਰੀ ਜਿਹੜਾ ਹਿੱਸਾ ਹੈਗਾ ਹਿੰਦੁਸਤਾਨ ਦੇ ਬਾਰਡਰ ਤੱਕ ਆਪਣਾ ਪੁੱਲ ਬਣਾਵਣ, ਜੋ ਵੀ ਬਣਾ ਸਕਦੇ ਨੇ ਬਣਾ ਕੇ ਉਹਦੀ ਕਰਨ। ਕੀ ਮਾਡਲ ਸਪਰੰਡੀ ਹੋਣਾ ਚਾਹੀਦਾ, ਕਿਵੇਂ ਬੰਦੇ ਜਾਣੇ ਚਾਹੀਦੇ ਨੇ, ਕਿਵੇਂ ਵਾਪਸ ਆਉਣੇ ਚਾਹੀਦੇ ਨੇ, ਇਹ ਹਰ ਚੀਜ਼ ਉੱਥੇ ਤਿਆਰ ਹੋਣੀ ਚਾਹੀਦੀ ਹੈ। ਆਪੇ ਹਿੰਦੁਸਤਾਨ ਤੋਂ ਮੈਂ ਕਹਿੰਦਾ ਜੀ, ਕੱਲ੍ਹ ਸੁਸ਼ਮਾ ਸਵਰਾਜ ਦਾ ਬਿਆਨ ਸੀ ਕਿ ਸਾਨੂੰ ਪਾਕਿਸਤਾਨ ਵੱਲੋਂ ਕੋਈ ਗੱਲ ਨਹੀਂ ਪਹੁੰਚੀ। ਮੈਂ ਸਮਝਦਾ ਕਿ ਇਹ ਹਿੰਦੁਸਤਾਨ ਦਾ ਜਿਹੜਾ 2 ਕਰੋੜ ਸਿੱਖ ਹੈਗਾ ਇਹ ਉਹਨਾਂ ਦੀ ਖਾਹਿਸ਼ ਹੈ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਖਰੀ 18 ਸਾਲ ਉਸ ਧਰਤੀ 'ਤੇ ਬਿਤਾਏ ਨੇ, ਸਭ ਕੁਝ ਉਹਨਾਂ ਨੇ ਜੋ ਆਪਣਾ ਕੀ ਉਪਦੇਸ਼ ਦਿੱਤਾ ਸੀ ਸਾਰਾ ਉੱਤੇ ਅਮਲ ਕੀਤਾ ਹੈ। ਪੰਜਾਬ ਦੇ ਗਵਰਨਰ VP ਸਿੰਘ ਬਦਨੌਰ ਅਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਨੇ ਅੱਜ ਸਾਂਝੇ ਤੌਰ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 3 ਦਿਨੀ ਕਿਸਾਨ ਮੇਲੇ ਦਾ ਉਦਘਾਟਨ ਕੀਤਾ। ਕਾਬਲੇ ਜ਼ਿਕਰ ਹੈ ਕਿ ਇਸ ਕਿਸਾਨ ਮੇਲੇ ਦੀ ਪੰਜਾਬ ਦੀ ਖੇਤੀਬਾੜੀ ਵਿੱਚ ਵੱਡੀ ਅਹਿਮੀਅਤ ਹੈ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਕੁਲਪਤੀ ਡਾਕਟਰ BS ਢਿੱਲੋਂ ਵੀ ਉਚੇਚੇ ਤੌਰ 'ਤੇ ਮੌਜੂਦ ਰਹੇ। ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕੀਤਾ। ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ 3 ਦਿਨਾਂ ਦੇ ਕਿਸਾਨ ਮੇਲੇ ਵਿੱਚ ਆਉਂਦੇ ਨੇ ਜਿੱਥੇ ਉਹਨਾਂ ਨੂੰ ਤਕਨੀਕੀ ਜਾਣਕਾਰੀ ਵੀ ਮੁਹੱਈਆ ਕਰਾਈ ਜਾਂਦੀ ਹੈ। ਇਟਸ ਅ ਟ੍ਰੈਮੈਂਡਸ ਆਨਰ ਐਂਡ ਐਕਸਟ੍ਰੀਮਲੀ ਵੈਲਿਊਬਲ ਇਨ ਟਰਮਸ ਆਫ ਇਨਫੋਰਮੇਸ਼ਨ ਫਾਰ ਮੀ ਐਂਡ ਦ ਨੌਲੇਜ ਦੈਟ ਆਈ ਹੈਵ ਗੇਨਡ ਟੂ ਬੀ ਐਟ ਦ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਨ ਪਾਰਟੀਕੁਲਰ with the honorable governor of Punjab with whom I had the honor of a very delicious dinner and most enjoyable conversation last night and today again for me to have the honor of accompanying his excellency to the Punjab Agricultural University and to have met the vice chancellor of the university Mr. Dillon and to have visited the sites and the exhibitions and to have witnessed the technologies used and the innovations and new ideas that have been introduced by this university in improving agriculture, especially with regard to the stump burning issue that causes so much pollution, seeing the truck there that goes to villages and explains to the farmers not to burn the stumps rather to use other methods for removing it is extremely impressive and something that I have gained and I hope that I can relate this in many many ways back home to the people of Afghanistan as well. ਕਾਰਨ ਤਾਂ ਹੁਣ ਇਹ ਕਹਿ ਨਹੀਂ ਸਕਦੇ ਕਿ ਵੀ ਕੀ ਆ, ਕੋਈ ਯੂਨੀਵਰਸਿਟੀ 'ਚ ਘਾਟ ਆ ਜਾਂ ਕਿਵੇਂ ਆ, ਵੀ ਅੱਗੇ ਮੇਲਾ ਭਰਿਆ ਹੁੰਦਾ ਹਰ ਵਾਰ ਆਉਂਦੇ ਆ, ਘੱਟੋ ਘੱਟ 10 ਸਾਲ ਹੋ ਗਏ, ਪਰ ਇੱਕੀ ਉਨੀ ਰੌਣਕ ਨਹੀਂ ਹੈ ਮੇਲੇ ਦੇ ਵਿੱਚ, ਪਤਾ ਨਹੀਂ ਕੀ ਗੱਲ ਆ ਕੀ ਆ ਕੋਈ
ਖਰੀਦ ਕੀਤੀ ਆ ਕਣਕ ਨਵੀਂ ਜਿਹੜੀ ਇਹਨਾਂ ਨੇ 343 ਦਾ ਬੀਜ ਨਵਾਂ ਕੱਢਿਆ ਉਹਦਾ ਉਹ ਖਰੀਦੀ ਹੈ, ਛੋਲਿਆਂ ਦਾ ਬੀਜ ਖਰੀਦਿਆ, ਸਰੋਂ ਆ, ਤਾਰਾ ਮੇਰਿਆ। ਹਾਂਜੀ ਬਹੁਤ ਤਕਨੀਕ ਮਸ਼ੀਨੀ ਬਹੁਤ ਆਈ ਹੈ ਜੀ, ਅਲੱਗ ਅਲੱਗ ਤਰ੍ਹਾਂ ਦੀ, ਹੋਰ ਵੀ ਕਈ ਬਹੁਤ ਵਧੀਆ ਵਧੀਆ ਨਵੇਂ ਉਪਰਾਲੇ ਆਏ ਹੋਏ ਆ ਜੀ। ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਹੈ, ਮੈਂ ਤਾਂ ਹਰ ਕਿਸਾਨ ਨੂੰ ਇਹ ਹਰ ਸਾਲ ਮੇਲਾ ਦੇਖਣਾ ਚਾਹੀਦਾ ਜੀ। ਤੁਸੀਂ ਖਰੀਦ ਰਹੇ ਹੋ ਫਿਰ ਸਮਾਨ? ਅਸੀਂ ਜੀ ਅਜੇ ਸਾਨੂੰ ਆਇਆਂ ਨੂੰ ਘੰਟਾ ਹੋਇਆ, ਬਾਕੀ ਅਸੀਂ ਅੱਗੇ ਦੇਖਦੇ ਹਾਂ ਵੀ ਕੀ ਸਾਨੂੰ ਵਧੀਆ ਲੱਗਦਾ ਤਾਂ ਕੀ ਖਰੀਦਾਂਗੇ ਅਸੀਂ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਜ਼ਿਲ੍ਹਾ ਪਰਿਸ਼ਦਾਂ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਵੀ ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਅਤੇ ਸ਼ਾਹਕੋਟ ਉਪ ਚੋਣ ਵਾਂਗ ਜਿੱਤ ਦਰਜ ਕਰੇਗੀ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਭਾਵੇਂ ਵੋਟਾਂ ਦੀ ਪਰਸੈਂਟੇਜ ਘੱਟ ਰਹੀ ਹੈ ਪਰ ਇਸ ਦੇ ਬਾਵਜੂਦ ਆਮ ਲੋਕਾਂ ਵਿੱਚ ਕਾਂਗਰਸ ਪ੍ਰਤੀ ਵੱਡਾ ਉਤਸ਼ਾਹ ਸੀ। ਉਹ ਕੱਲ੍ਹ ਉਹਨਾਂ ਦੇ ਬਿਆਨ ਆਏ ਵੀ ਬਾਦਲ ਸਾਹਿਬ ਇਸ ਉਮਰ 'ਚ ਕਿਉਂਕਿ ਲੰਬੀ ਹਲਕੇ ਦੇ MLA ਇਸ ਕਰਕੇ ਉਹਨਾਂ ਨੂੰ ਕਿਲਿਆਂ ਲਈ ਜਾਣਾ ਪਿਆ। ਸਰਦਾਰ ਸੁਖਬੀਰ ਸਿੰਘ ਬਾਦਲ ਭੁੱਲ ਰਹੇ ਹੈ ਵੀ ਉਹ MLA ਜਲਾਲਾਬਾਦ ਤੋਂ ਚੁਣੇ ਗਏ ਹੈ, ਬਟ ਸਟਿਲ ਸਿੰਸ ਹੀ ਹੈਜ਼ ਬੀਨ ਦਾ ਹੋਮ ਮਿਨਿਸਟਰ, ਉਹਨਾਂ ਦਾ ਰਿਹਾਇਸ਼ ਉੱਥੇ ਲੰਬੀ ਹੈ, ਉਹ ਗਏ ਬਲਕਿ ਕਿਨ ਹਾਲਾਤ 'ਚ ਗਏ। ਇੱਕ ਤਾਂ ਜਿਹੜਾ ਇਹਨਾਂ ਦੇ ਵਿੱਚ ਬਣਦਾ, ਆਈ ਥਿੰਕ ਐਜ਼ ਏ ਹੋਮ ਮਿਨਿਸਟਰ ਹੀ ਸ਼ੁੱਡ ਹੈਵ ਰਿਅਲਾਈਜ਼ ਇਸ ਗੱਲ ਦਾ, ਉਹਨਾਂ ਨੂੰ ਸਹੀ ਤੌਰ 'ਤੇ ਪਤਾ ਵੀ ਹੋਣਾ ਚਾਹੀਦਾ। ਉਹਨਾਂ ਨੇ ਆਪਣੇ ਜਿਹੜੀ Z+ ਕੈਟੇਗਰੀ ਦੀ ਸਿਕਿਉਰਿਟੀ ਮਿਲੀ ਹੈ, ਜੋ ਸਿਕਿਉਰਿਟੀ ਅਮਲਾ ਪੁਲਿਸ ਵਾਲੇ ਜੋ ਕੁਛ ਮਿਲਿਆ ਉਹਦੀ ਦੁਰਵਰਤੋਂ ਕੀਤੀ, ਉਹਨਾਂ ਨੂੰ ਲੈ ਕੇ ਇੰਨੇ ਵੱਡੀ ਤਾਦਾਦ ਦੇ ਅੰਦਰ ਪੋਲਿੰਗ ਬੂਥਸ 'ਤੇ ਗਏ, ਆਈ ਥਿੰਕ ਵਿਚ ਇਜ਼ ਆਲਸੋ ਅਨਕੋਨਸਟੀਟਿਊਸ਼ਨਲ। ਪਰ ਜਿਸ ਤਰ੍ਹਾਂ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਨਾਲ ਕੁੱਟਮਾਰ ਕੀਤੀ ਗਈ ਹੈ, FIR ਤੋਂ ਜ਼ਿਆਦਾ ਮੈਂ ਸਮਝਦਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੰਬੀ ਦੇ ਲੋਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਵੀ ਉਹਨਾਂ ਨੇ ਆਪਣੇ ਉਸ ਅਧਿਕਾਰ ਖੇਤਰ ਤੋਂ ਅੱਗੇ ਜਾ ਕੇ ਅਤੇ ਉੱਥੇ ਇੱਕ ਗੁੰਡਾਗਰਦੀ ਦਾ ਮਾਹੌਲ ਪੈਦਾ ਕੀਤਾ। ਜਿਸ ਧੱਕੇਸ਼ਾਹੀ ਦੀ ਗੱਲ ਉਹ ਕਰ ਰਹੇ ਹੈ, ਉਸ ਧੱਕੇਸ਼ਾਹੀ ਦਾ ਮੈਂ ਤੁਹਾਡੇ ਸਾਹਮਣੇ ਵੇਰਵਾ ਰੱਖਣਾ ਚਾਹੁੰਦਾ। ਇੱਕ ਆਹ ਜਿਹੜੀ ਲਿਸਟ ਤੁਸੀਂ ਦੇਖੋਗੇ, ਆਹ ਲਿਸਟ ਵੀ ਮੈਂ ਫੋਰਵਰਡ ਕਰ ਦੂੰਗਾ, ਤੁਹਾਡੇ ਕੋਲ ਵੀ ਆ ਗਈ ਹੋਣੀ, ਜਿਹੜੀ 51 ਬੂਥਸ ਦੇ ਉੱਤੇ ਰੀਪੋਲਿੰਗ ਆਰਡਰ ਕੀਤੀ ਗਈ ਹੈ। ਇਹਨਾਂ 'ਚ ਇੱਕ ਪਿੰਡ ਹੈਗਾ ਲੰਬੀ ਹਲਕੇ ਦੇ ਵਿੱਚ ਮਾਨ ਪਿੰਡ, ਕਲੋਕੀਅਲ ਉਹਨੂੰ ਆਪਾਂ ਮਾਨਾ ਵਾਲਾ ਕਹਿ ਦਿੰਦੇ, ਮਾਨਾ ਮਾਨ ਪਿੰਡ ਹੈ। ਉਹਦੇ ਵਿੱਚ ਪਿਛਲੀ ਵਾਰ ਜਦੋਂ ਇਲੈਕਸ਼ਨ ਹੋਏ ਹੈ ਉੱਥੇ 100 ਕਾਂਗਰਸੀਆਂ ਦੇ ਉੱਤੇ ਪਰਚਾ ਹੋਇਆ ਸੀ, 100 ਕਾਂਗਰਸੀਆਂ ਦੇ ਉੱਤੇ, ਅਤੇ ਕਿਤੇ ਕੋਈ ਰੀਪੋਲਿੰਗ ਦੀ। ਇਨਫੈਕਟ ਤੁਸੀਂ ਅੱਜ ਦੇਖੋ, ਟਾਕਿੰਗ ਅਬਾਊਟ ਅ ਫੇਅਰ ਐਂਡ ਟਰਾਂਸਪੇਰੈਂਟ ਇਲੈਕਸ਼ਨ, ਇਸ ਗੱਲ ਤੋਂ ਸਾਬਤ ਹੁੰਦਾ ਵੀ ਜਿੱਥੇ ਕਿ ਜਿੱਥੇ ਇਹਨਾਂ ਦੇ ਕੰਪਲੇਂਟਸ ਗਈਆਂ, ਇਲੈਕਸ਼ਨ ਕਮਿਸ਼ਨ ਨੇ ਰੀਪੋਲ ਦੇ ਆਰਡਰ ਕੀਤੇ 51 ਬੂਥ ਦੇ ਉੱਤੇ। ਅਤੇ ਤੁਸੀਂ ਮੇਰੀ ਤੁਹਾਨੂੰ ਬੇਨਤੀ ਹੈ, ਰਿਕਾਰਡ ਕੱਢ ਕੇ ਦੇਖਿਓ ਵੀ ਜਦੋਂ ਇਹਨਾਂ ਵਾਲੇ ਟਾਈਮ ਪੋਲਿੰਗ ਹੋਈ ਸੀਗੀ, 100-100 ਬੰਦਿਆਂ ਦੇ ਪਰਚੇ ਹੋਏ ਸੀ, ਕਿੰਨੇ ਥਾਵਾਂ 'ਤੇ ਝਗੜੇ ਧੱਕੇਸ਼ਾਹੀ ਕੀਤੀ ਗਈ ਸੀ, ਉਦੋਂ ਕਿੰਨੇ ਰੀਪੋਲ ਹੋਏ ਸੀਗੇ। ਇਟ ਇਜ਼ ਓਨਲੀ ਟੂ ਸੈਟਿਸਫਾਈ, ਕੈਪਟਨ ਸਾਹਿਬ ਇਜ਼ ਬੀਂਗ ਵੈਰੀ ਲੀਨੀਅੰਟ, ਕੈਪਟਨ ਸਾਹਿਬ ਦੀ ਸਰਕਾਰ ਕਿਸੇ ਕਿਸਮ ਦਾ ਦੋਸ਼ ਨਹੀਂ ਲੈਣਾ ਚਾਹੁੰਦੀ ਵੀ ਉੱਥੇ ਕੋਈ ਧੱਕੇਸ਼ਾਹੀ ਹੋਈ ਹੈ, ਇਸ ਕਰਕੇ ਇਟ ਇਜ਼ ਬੀਂਗ ਅ ਬਿਟ ਟੂ ਫੇਅਰ ਐਂਡ ਟਰਾਂਸਪੇਰੈਂਟ, ਤਾਂ ਕਿ ਇਹਨਾਂ ਨੂੰ ਕੋਈ ਭਾਨਾ ਨਾ ਮਿਲੇ ਜਿਹਦੇ ਤਹਿਤ ਇੱਥੋਂ ਭੱਜ ਸਕਣ। ਬਟ ਦਾ ਰਿਐਲਿਟੀ, ਦਾ ਹਾਰਸ਼ ਰਿਐਲਿਟੀ ਇਸ ਦੇਸ਼ ਵੀ, ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਬਾਈ ਇਲੈਕਸ਼ਨ, ਚਾਹੇ ਸ਼ਾਹਕੋਟ ਦੀ ਹੋਈ, ਚਾਹੇ ਗੁਰਦਾਸਪੁਰ ਦੀ ਹੋਈ, ਚਾਹੇ ਸ਼ਹਿਰਾਂ ਦੇ ਅੰਦਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ, ਮਿਊਨਸਪਲ ਇਲੈਕਸ਼ਨ ਹੋਏ, ਉਸੇ ਤਰ੍ਹਾਂ ਦੇ ਨਤੀਜੇ ਸਾਨੂੰ ਉਮੀਦ ਹੈ ਇਸ ਪੋਲਿੰਗ ਦੇ ਦੌਰਾਨ ਲੋਕਾਂ ਨੇ ਡਿਵੈਲਪਮੈਂਟ ਨੂੰ ਵੋਟਾਂ ਪਾਣੀਆਂ ਨੇ। ਸਨਅਤੀ ਕੇਂਦਰ ਲੁਧਿਆਣਾ ਵਿਖੇ ਭਾਈ ਕਨਈਆ ਜੀ ਦਾ ਰਾਜ ਪੱਧਰੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਉਚੇਚੇ ਤੌਰ 'ਤੇ ਪਹੁੰਚੇ। ਇਸ ਮੌਕੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।
ਉਹਨਾਂ ਭਾਈ ਕਨਈਆ ਜੀ ਦੇ ਜੀਵਨ ਤੇ ਝਾਤ ਵੀ ਪਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਵਨੀਤ ਸਿੰਘ ਬਿੱਟੂ ਅਤੇ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸਨਅਤੀ ਕੇਂਦਰ ਲੁਧਿਆਣਾ ਵਿਖੇ ਸਿਮਰਜੀਤ ਸਿੰਘ ਬੈਂਸ ਆਪਣਾ ਆਧਾਰ ਗੁਆ ਚੁੱਕੇ ਨੇ। ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਇਸ ਵਕਤ ਕੋਈ ਤੀਜਾ ਧੜਾ ਤਲਾਸ਼ ਰਹੇ ਨੇ ਤਾਂ ਕਿ ਉਹਨਾਂ ਦੀ ਸਿਆਸੀ ਜ਼ਮੀਨ ਬਚੀ ਰਹੇ। ਫੰਕਸ਼ਨ ਹੈ ਭਾਈ ਕਨਈਆ ਜੀ ਦੇ ਜਨਮ ਦਿਨ 'ਤੇ, ਸਾਰੇ ਪੰਜਾਬ ਪੱਧਰੀ ਇੱਥੇ ਮਨਾਇਆ ਜਾ ਰਿਹਾ, ਜਿੱਥੇ ਮੈਂ ਸਾਰੀ ਐਸੋਸੀਏਸ਼ਨ ਵਾਲਿਆਂ ਨੂੰ ਮੁਬਾਰਕਬਾਦ ਦਿੰਦਾ, ਸਾਰੇ ਪੰਜਾਬ ਨੂੰ ਮੁਬਾਰਕਬਾਦ ਦਿੰਦਾ। ਉੱਥੇ ਜਿਹੜਾ ਉਹਨਾਂ ਦਾ ਸੰਦੇਸ਼ ਸੀਗਾ, ਸਾਰਿਆਂ ਦਾ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਸਭ ਦੀ ਸਾਰੀ ਮਾਨਵਤਾ ਦੀ ਸੇਵਾ ਕਰਨ ਦਾ, ਉਹਨੂੰ ਅੱਜ ਜ਼ਰੂਰਤ ਹੈ ਘਰ ਘਰ ਪਹੁੰਚਾਉਣ ਦੀ, ਅਤੇ ਅੱਜ ਉਹ ਸੰਦੇਸ਼ ਹੀ ਲੈ ਕੇ ਜੋ ਇਹਨਾਂ ਦੀ ਡਿਮਾਂਡਸ ਹੈ ਉਹ ਵੀ ਉੱਪਰ ਪਹੁੰਚਾਵਾਂਗੇ ਕਿ ਉਸ ਸੰਦੇਸ਼ ਨੂੰ ਲਾਗੂ ਕਿਸ ਤਰੀਕੇ ਕਰਨਾ ਹੈ। ਅਤੇ ਅੱਜ ਸਾਰਿਆਂ ਨੂੰ ਅਪੀਲ ਵੀ ਕਰਾਂਗੇ ਵੀ ਸਾਨੂੰ ਭਾਈ ਕਨਈਆ ਜੀ ਦੇ ਦਿੱਤੇ ਹੋਏ ਰਾਹ, ਦਿਖਾਏ ਹੋਏ ਰਾਹ 'ਤੇ ਚੱਲਣ ਦੀ ਬਹੁਤ ਜ਼ਰੂਰਤ। ਗਿੱਲ ਹਲਕੇ 'ਚ ਕੋਈ ਨਹੀਂ ਕਹਿ ਰਿਹਾ, ਦਾਖੇ ਤੋਂ ਇਲਾਵਾ ਜਗਰਾਓਂ ਆ, ਨਾਲ ਰੈਕੋਟ ਆ, ਨਾਲ ਪੈਲ ਆ, ਨਾਲ ਸਾਹਨੇਵਾਲ ਆ, ਕੋਈ ਕਿਸੇ ਨਹੀਂ ਕੁਛ ਕਰ ਰਿਹਾ। ਇੱਕ ਦਾਖੇ 'ਚ ਇੱਕੋ ਆਦਮੀ ਆ, ਉਹ 'ਚ ਵੀ ਇੱਕੋ ਆਦਮੀ, ਕੋਈ ਹੋਰ ਪੋਲੀਟੀਕਲ ਲੀਡਰ ਨਹੀਂ, ਅਕਾਲੀ ਦਲ ਦਾ, ਬੀਜੇਪੀ ਦਾ ਨਹੀਂ, ਕੋਈ ਕੁਛ ਨਹੀਂ, ਇੱਕ ਸ਼ਖਸ ਆ ਜਿਹੜਾ ਜਿਹਨੂੰ ਮੈਂ ਸਮਝਦਾ ਮੈਂ ਮਾਨਸਿਕ ਸਲਤਨਤ, ਜਿਹੜਾ ਦਿਮਾਗੀ ਤੌਰ 'ਤੇ ਉਹਨਾਂ ਦੇ ਐਸਾ ਮੈਨੂੰ ਲੱਗਦਾ ਕੋਈ ਬੋਝ ਆ ਜਿਹਦੇ ਕਰਕੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਇੱਕ ਵੀ ਕਿਤੋਂ ਇੰਸੀਡੈਂਸ ਜਿਹੜਾ ਸਾਹਮਣੇ ਆਇਆ ਹੋਵੇ, ਕਿਤੇ ਵੀ ਦੱਸਣ ਤਾਂ ਸਹੀ ਨਾ ਵੀ ਆਹ ਇੰਸੀਡੈਂਸ ਸਾਹਮਣੇ ਆਇਆ ਹੈ। ਸੁਖਬੀਰ ਬਾਦਲ 10 ਸਾਲ ਰਾਜ ਕੀਤਾ, ਇਹ ਜਿਹੜੇ ਕਹਿਣ ਵਾਲੇ ਨੇ, ਦਾਖੇ ਵਾਲੇ ਵੀ ਕਹਿਣ ਵਾਲੇ ਨੇ, ਇਹ ਸਭ ਇੱਕੋ ਕਲਾਸ ਆ। ਤੁਸੀਂ ਦੇਖਿਆ ਨਾ ਹੁਣ ਹਾਲ ਕੀ ਹੋਏ, ਸੁਖਬੀਰ ਸਿੰਘ ਬਾਦਲ ਜੀ ਆਪ ਗੱਡੀ 'ਚ ਉਤਰ ਰਹੇ ਆ ਅਤੇ ਬੰਦਿਆਂ ਨੂੰ ਕਟਵਾ ਰਹੇ ਆ। ਇਦੋਂ ਮੰਦਭਾਗੀ ਗੱਲ ਹੋ ਸਕਦੀ ਕਦੇ ਦੇਖੀ ਆ? ਜਿਹੜਾ CM ਡੈਪਟੀ CM ਰਹੇ ਹੋਣ ਅਤੇ ਉਹ ਮੂਹਰੇ ਖੜ ਕੇ ਬੰਦਿਆਂ ਨੂੰ ਕਟਵਾਉਣ, ਅਤੇ ਵੀਡੀਓਆਂ ਸਾਰੀਆਂ ਆ ਗਈਆਂ ਹੈ, FIR ਦਰਜ ਹੋ ਗਈ ਆ ਉਹਨਾਂ 'ਤੇ। ਅਤੇ ਇਹ ਜਿਹੜੇ ਇਹ ਲੋਕ ਨੇ ਜਿਹੜੇ ਦਾਖੇ ਵਾਲੇ ਦੀ ਗੱਲ ਕਰਦੇ ਹੋ, ਇਹ ਵੀ ਇਹ ਗੁੰਡਾਗਰਦੀ ਕਰਨਾ ਚਾਹੁੰਦੇ ਨੇ, ਉਹ ਗੁੰਡਾਗਰਦੀ ਹੋ ਨਹੀਂ ਰਹੀ ਇਹਨਾਂ ਤੋਂ। ਮੈਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸ ਸਰਕਾਰ 'ਤੇ ਤੱਕੀਸ਼ਾਹੀ ਦੇ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਲੋਕਤੰਤਰ ਦਾ ਕਤਲ ਕਰ ਦਿੱਤਾ ਗਿਆ, ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਕੱਲ੍ਹ ਪੰਜਾਬ ਵਿੱਚ ਪੰਚਾਇਤੀ ਰਾਜ ਦੇ ਚੋਣਾਂ ਹੋ ਜਾਣਗੀਆਂ, ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ। ਪੰਜਾਬ ਵਿੱਚ ਜੰਮ ਕੇ ਗੁੰਡਾਗਰਦੀ ਹੋਈ ਹੈ, ਪੰਜਾਬ ਦੀਆਂ ਜਿਹੜੀਆਂ ਚੋਣਾਂ ਸੀਆਂ ਕਾਂਗਰਸ ਵਰਕਰਾਂ ਨੇ ਲੁੱਟੀਆਂ ਨੇਗੀਆਂ, ਪੁਲਿਸ ਨਾਲ ਮਿਲ ਕੇ, ਪ੍ਰਸ਼ਾਸਨ ਨਾਲ ਮਿਲ ਕੇ। ਪ੍ਰਸ਼ਾਸਨ ਬਿਲਕੁਲ ਬੇਬਸ ਨਜ਼ਰ ਆਇਆ, ਕਿਤੇ ਵੀ ਕੋਈ ਕੰਮ ਨਹੀਂ ਕਰ ਰਿਹਾ ਸੀਗਾ। ਪੰਜਾਬ ਵਿੱਚ ਘੱਟੋ ਘੱਟ ਮੀਡੀਆ ਰਾਹੀਂ ਪ੍ਰਾਪਤ ਹੋਣ ਜਿਹੜੀਆਂ ਖਬਰਾਂ ਨੇਗੀਆਂ, 60 ਦੇ ਕਰੀਬ ਜਿਹੜੇ ਜਗ੍ਹਾ ਦੇ ਉੱਤੇ ਬੂਥ ਕੈਪਚਰਿੰਗ ਹੋਈ ਆ, ਪੰਜਾਬ ਨੂੰ ਬਿਹਾਰ ਵਰਗਾ ਬਣਾ ਕੇ ਰੱਖਤਾ। ਕੈਪਟਨ ਸਾਹਿਬ ਆਪਣੀ ਅੰਤਿਮ ਪਾਰੀ 'ਚ ਪੰਜਾਬ ਨੂੰ ਕਿਹੜੇ ਰਾਹ ਤੋਰ ਰਹੇ ਨੇ ਕਿ ਉਹ ਪੰਜਾਬ ਬਰਬਾਦੀ ਵੱਲ ਤੁਰ ਰਿਹਾ, ਪਰ ਪੰਜਾਬ ਵਿੱਚ ਗੁੰਡਾਗਰਦੀ ਪੈਦਾ ਕਰਕੇ ਜਾ ਰਹੇ ਨੇ, ਕਿਉਂਕਿ ਪੰਜਾਬ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਪਹਿਲਾਂ, ਇਸ ਤੋਂ ਪਹਿਲਾਂ ਕਿ ਐਡੀ ਵੱਡੀ ਪੱਧਰ 'ਤੇ ਪੰਚਾਇਤੀ ਚੋਣਾਂ ਵਿੱਚ ਧਾਂਦਲੀ ਹੋਵੇ। ਸਾਡੇ ਵੱਲੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ, ਮੇਰੇ ਵੱਲੋਂ ਸਾਡੇ MLA ਸਾਹਿਬਾਨ ਵੱਲੋਂ ਮਿਲ ਕੇ ਪਹਿਲਾਂ ਵੀ ਰਿਕੁਐਸਟ ਕੀਤੀ ਗਈ ਸੀ ਵੀ ਪੰਜਾਬ ਵਿੱਚ ਜਿਹੜੀਆਂ ਆਰਮਡ ਫੋਰਸਿਸ ਲਾਓ, BSF ਲਾਓ, CFS ਲਾਓ, ਇਹ ਮੰਗ ਕੀਤੀ ਗਈ ਸੀ। ਪਰ ਲੇਕਿਨ ਉਸ ਸਮੇਂ ਜਿਹੜਾ ਇਲੈਕਸ਼ਨ ਕਮਿਸ਼ਨ ਸੀ ਉਹਨੇ ਬੇਬਸ ਪ੍ਰਗਟਾਈ ਸੀ, ਪਰ ਉਹੀ ਹੋਇਆ ਜੋ ਅਸੀਂ ਉਹਨਾਂ ਨੂੰ ਕਿਹਾ ਸੀਗਾ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ 'ਤੇ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਨੇ।
ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵਿੱਚ ਵੱਡੀ ਪੱਧਰ 'ਤੇ ਬੂਥ ਕੈਪਚਰਿੰਗ ਕੀਤੀ ਗਈ ਅਤੇ ਜਾਲੀ ਵੋਟਾਂ ਭੁਗਤਾਈਆਂ ਗਈਆਂ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕਰਕੇ ਧੱਕੇ ਨਾਲ ਚੋਣਾਂ ਜਿੱਤਣ ਦੀ ਰਣਨੀਤੀ ਬਣਾਈ ਸੀ ਕਿ ਆਪ ਉਹਨਾਂ ਨੇ ਜਾ ਕੇ ਕੋਲ ਖੜ੍ਹ ਕੇ ਗੁੰਡਾ ਅਨਸਰ ਜਿਹੜੇ ਕਾਂਗਰਸ ਦੇ ਲੀਡਰ ਦੇ ਨਾਲ ਚੱਲ ਰਹੇ ਸੀ ਉਹਨਾਂ ਦੇ ਬੂਥ ਕੈਪਚਰ ਕਰਾਏ। ਇੱਥੋਂ ਤੱਕ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਜਾ ਕੇ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਖੜ੍ਹਨਾ ਪਿਆ। ਇੰਨੀ ਦਹਿਸ਼ਤ ਉਹਨਾਂ ਨੇ ਬੂਥਾਂ ਦੇ ਉੱਤੇ ਪਾ ਦਿੱਤੀ ਸੀ ਜਿੱਥੇ ਬੀਬੀਆਂ ਬਜ਼ੁਰਗ ਬੱਚੀਆਂ ਬੜੇ ਡਿਸਿਪਲਨ ਦੇ ਨਾਲ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਸੀ ਉੱਥੇ ਜਾ ਕੇ ਗੁੰਡਾਗਰਦੀ ਅੰਨੇਵਾਹ ਕਾਂਗਰਸ ਦੇ ਲੀਡਰਾਂ ਨੇ ਇਹਨਾਂ ਦੇ ਨਾਲ ਇਹਨਾਂ ਦੇ ਜਿਹੜੇ ਗੁੰਡਾ ਅਨਸਰ ਸੀ ਉਹਨਾਂ ਨੇ ਕੀਤਾ। ਹੁਣ ਜੇ ਆਪਣੇ ਹਲਕੇ ਦੇ ਵਿੱਚ ਜਾ ਕੇ ਤੁਸੀਂ ਆਪਣੇ ਲੋਕਾਂ ਨੂੰ ਨਹੀਂ ਬਚਾ ਸਕਦੇ, ਡੈਮੋਕ੍ਰੇਸੀ ਦਾ ਮਾਡਲ ਜਿਹੜਾ ਸਾਹਮਣੇ ਹੁੰਦਿਆਂ ਉਹਨੂੰ ਰੋਕ ਨਹੀਂ ਸਕਦੇ, ਅਤੇ ਇਹਦੇ ਉੱਤੇ ਇੱਕ ਛੱਡ ਕੇ ਭਾਵੇਂ ਹਜ਼ਾਰ ਕੇਸ ਕਰ ਲਵੇ ਕਾਂਗਰਸ ਪਾਰਟੀ, ਇਹਨਾਂ ਤੋਂ ਅਸੀਂ ਡਰਦੇ। ਕੀ ਇਹ ਗੁਨਾਹ ਹੈ ਕਿ ਜੇ ਤੁਸੀਂ ਪੁਲਿਸ ਨੂੰ ਵੀ ਹੁਕਮ ਦੇ ਰੱਖਿਆ, ਪੁਲਿਸ ਦੇ ਅਫਸਰ ਵੀ ਆਪਣੀ ਡਿਊਟੀ ਨਹੀਂ ਕਰ ਰਹੇ ਅਤੇ ਆਪਣੇ ਵਰਕਰਾਂ ਦੇ ਨਾਲ ਤੁਸੀਂ ਖੜ੍ਹ ਕੇ ਮੌਕੇ 'ਤੇ ਮੁਜਰਮ ਨੂੰ ਫੜਦੇ ਹੋ ਅਤੇ ਉਹਨੂੰ ਪੁਲਿਸ ਦੇ ਹਵਾਲੇ ਕਰਦੇ ਹੋ, ਅਤੇ ਕੀ ਇਹ ਗੁਨਾਹ ਹੈ? ਇਸ ਕਰਕੇ ਇੱਦਾਂ ਦੀਆਂ ਗਿੱਦੜ ਭੱਪੀਆਂ ਤੋਂ ਕੋਈ ਡਰਨ ਵਾਲਾ ਨਹੀਂ, ਭਾਵੇਂ ਜਿੰਨੇ ਮਰਜ਼ੀ ਕੇਸ ਦਰਜ ਕਰ ਲੈਣ। ਇਸ ਵੇਲੇ ਜਮਹੂਰੀਅਤ ਦੀ ਜਿਹੜੀ ਹੈ ਉਹ ਗਲਾ ਘੁੱਟਣ ਦੀ ਕੋਸ਼ਿਸ਼ ਹੋ ਰਹੀ ਹੈ, ਰੈਲੀਆਂ ਬੈਨ ਕਰਨ ਦੀ ਕੋਸ਼ਿਸ਼ ਕੀਤੀ। ਲੀਡਰਾਂ ਨੂੰ ਤੁਸੀਂ ਸੋਚੋਗੇ ਕਿ ਇਲੈਕਸ਼ਨ ਵਾਲੇ ਦਿਨ ਹਾਊਸ ਅਰੈਸਟ ਕਰ ਦੇਣਾ, ਇਹੀ ਬਾਕੀ ਰਹਿ ਗਿਆ ਨਾ ਕਿ ਸਾਰੇ ਨਜ਼ਰਬੰਦ ਕਰਦਿਆ ਕਰੋ ਜਦੋਂ ਤੁਸੀਂ ਗੁੰਡਾਗਰਦੀ ਕਰਨੀ ਹੈ, ਕਿ ਤਾਂ ਜੋ ਲੋਕਾਂ ਦੇ ਵਾਸਤੇ ਕੋਈ ਬਾਹਰ ਨਿਕਲ ਕੇ ਹਾਜ਼ਰ ਨਾਰਾ ਵੀ ਨਾ ਮਾਰ ਸਕੇ। ਸਿਕਿਉਰਿਟੀ ਦਾ ਬੰਦਾ ਕਿਤੇ ਵੀ ਹੈ, ਜੇ ਉਹਨੂੰ ਲੱਗਦਾ ਕਿ ਮੌਕੇ 'ਤੇ ਕ੍ਰਿਮੀਨਲ ਭੱਜ ਚੱਲਿਆ, ਅਤੇ ਜੇ ਉਹ ਪੜ੍ਹ ਕੇ ਉਹਨੂੰ ਫੜਾਉਂਦਾ ਤਾਂ ਉਹਨੂੰ ਸ਼ਾਬਾਸ਼ੀ ਦੇਣੀ ਬਣਦੀ ਕਿ ਨਹੀਂ ਬਣਦੀ? ਉਹਨੇ ਕੀ ਕੀਤਾ? ਇਹ ਪ੍ਰਕਾਸ਼ਨ ਹੈ, ਕਮਾਂਡੋਜ਼ ਹੈਗੇ ਆ, ਉਹ ਟ੍ਰੇਨਡ ਹੁੰਦੇ ਇਸ ਗੱਲ ਵਾਸਤੇ। ਜੇ ਉਹਦੇ ਹੱਥ 'ਚ ਪਿਸਟਲ ਹੈ ਤਾਂ ਕੋਈ ਮਾੜੀ ਗੱਲ ਨਹੀਂ, ਉਹਨੇ ਕਿਸੇ ਨੂੰ ਗੋਲੀ ਮਾਰੀ ਹੈ, ਕਿਸੇ ਦਾ ਨੁਕਸਾਨ ਕੀਤਾ? ਇੱਕ ਬਾਡੀ ਲੈਂਗੁਏਜ ਹੁੰਦੀ ਹੈ ਕਿ ਜਿੱਥੇ ਇੰਨੇ ਤੁਸੀਂ ਗੁੰਡਾ ਅਨਸਰ ਇਕੱਠਾ ਕੀਤਾ, ਉਹ ਜੇ ਭੱਜਣ ਲੱਗੇ ਸੀ ਦੇਖ ਕੇ ਗੱਡੀਆਂ 'ਤੇ ਇੱਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ, ਤਾਂ ਪੁਲਿਸ ਨੂੰ ਧਰਵਾਦ ਕਰਨਾ ਚਾਹੀਦਾ ਵੀ ਉਹਨੂੰ ਦੇਖ ਕੇ ਉਹਦੀ ਇੰਟਰੋਗੇਸ਼ਨ ਤੋਂ ਬਾਅਦ ਤੁਸੀਂ ਬਾਕੀਆਂ ਦੀ ਪੜਤਾਲ ਵੀ ਕਰ ਸਕਦੇ ਵੀ ਕੌਣ ਕੌਣ ਸੀ, ਕਿੱਥੋਂ ਆਏ ਸੀ। ਸਹੀ ਬੰਦਾ ਕ੍ਰਾਈਮ ਸੀਨ ਤੋਂ ਫੜਿਆ ਜਾਵੇ, ਚਾਹੇ ਉਹ ਕਿਸੇ ਦੀ ਪਰਸਨਲ ਸਿਕਿਉਰਿਟੀ ਦਾ ਮੁਲਾਜ਼ਮ ਵੀ ਫੜ ਕੇ ਦੇਵੇ, ਉਹਨੂੰ ਸ਼ਾਬਾਸ਼ੀ ਦੇਣੀ ਪੈਂਦੀ ਹੈ ਕਿ ਉਹਦੇ ਪਿੱਛੇ ਪੈਣਾ ਪੈਂਦਾ। ਉੱਧਰ ਬਠਿੰਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਉਚੇਚੇ ਤੌਰ 'ਤੇ ਮੌਜੂਦ ਰਹੇ। ਕਾਬਲੇ ਜ਼ਿਕਰ ਹੈ ਅਕਾਲੀ ਵਰਕਰ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਚੋਣਾਂ ਵਿੱਚ ਜ਼ੋਰ ਜ਼ਬਰਦਸਤੀ ਅਤੇ ਧੱਕੇਸ਼ਾਹੀ ਕਰਨ ਵਾਲੇ ਕਾਂਗਰਸੀਆਂ 'ਤੇ ਪਰਚੇ ਦਰਜ ਕੀਤੇ ਜਾਣ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਜਿਹੜਾ ਗੁੰਡਾਗਰਦੀ ਦਾ ਨਾਚ ਚੋਣਾਂ ਵਿੱਚ ਕੱਲ੍ਹ ਵੇਖਣ ਨੂੰ ਮਿਲਿਆ, ਉਹ ਪਿਛਲੇ 70 ਸਾਲਾਂ ਵਿੱਚ ਕਦੇ ਨਹੀਂ ਦਿਖਿਆ। ਹਾਲਾਂਕਿ ਇਸੇ ਤਰ੍ਹਾਂ ਦੇ ਇਲਜ਼ਾਮ ਕਾਂਗਰਸ ਦੇ ਲੀਡਰ ਵੀ ਉਸ ਵੇਲੇ ਲਾਉਂਦੇ ਰਹੇ ਨੇ ਜਦੋਂ 10 ਸਾਲ ਅਕਾਲੀ ਦਲ ਦਾ ਰਾਜ ਰਿਹਾ। ਹੁਣ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਪੰਜਾਬ ਦੀਆਂ ਚੋਣਾਂ ਵਿੱਚ ਜ਼ਿਆਦਾ ਗੁੰਡਾਗਰਦੀ ਕਿਸ ਨੇ ਕੀਤੀ, ਅਕਾਲੀ ਦਲ ਵੇਲੇ ਜ਼ਿਆਦਾ ਗੁੰਡਾਗਰਦੀ ਰਹੀ ਜਾਂ ਕਾਂਗਰਸ ਵੇਲੇ ਜ਼ਿਆਦਾ ਗੁੰਡਾਗਰਦੀ ਹੈ। ਉਹਨਾਂ ਨੇ ਅੰਦਰ ਨਹੀਂ ਵੜਨ ਦਿੱਤੇ, ਲੱਤੋ ਲੱਤੀ ਫਾਇਰਿੰਗ ਵੀ ਹੋਈ ਉੱਥੇ ਜਾਣਸਰ, ਪਹਿਲਾਂ ਫਾਇਰਿੰਗ ਕਰਕੇ 3 ਗੱਡੀਆਂ ਵੀ ਉਹਨਾਂ ਦੀਆਂ ਬੁੱਧੀਆਂ ਮਾਰਤੀਆਂ ਭਾਰਤੀਆਂ, ਇੱਕ ਇਹਨਾਂ ਤੋਂ ਫਿਰ ਕਾਲੀ 'ਚ ਭਾਈ ਦਾ ਜਦੋਂ ਸਾਰਾ ਪਿੰਡ ਇਕੱਠਾ ਹੋ ਕੇ ਪੈ ਗਿਆ, ਉਹ ਫਿਰ ਗੱਡੀ 'ਚ ਇੱਕ ਲੜਕੀ ਦੇ ਉੱਤੇ ਵੀ ਗੱਡੀ ਚੜ੍ਹਾਤੀ, ਜਾਣੀ ਫਿਰ ਫਿਰ ਤਾਂ ਸ਼ਰੇਆਮ ਵੀ ਚੱਲ ਪਏ। ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵਾਰ ਵਾਰ, ਅਸੀਂ DC ਨੂੰ ਵਾਰ ਵਾਰ, ਅਸੀਂ SSP ਨੂੰ ਵੀ, ਹੁਣ ਜੀ ਐਡਾ ਵੱਡਾ ਕਾਫਲਾ ਇੱਧਰ ਗਿਆ, ਨਾ ਮਨਜ਼ੂਰੀ ਗੁਰਪ੍ਰੀਤ ਕਾਂਗੜ ਕੋਲ ਆ ਪਿੰਡਾਂ 'ਚ ਫਿਰਨ ਦੀ, ਨਾ ਉਹਦੇ ਮੁੰਡੇ ਕੋਲ ਆ, ਮੈਂ ਮੰਗੀ ਮਨਜ਼ੂਰੀ ਇਲੈਕਸ਼ਨ ਏਜੰਟ ਬਣਨ ਦੀ, ਕਹਿੰਦੇ ਜੀ ਤੁਹਾਡੇ ਕੋਲ ਗਨਮੈਨ ਹੈ, ਤੁਹਾਨੂੰ ਨਹੀਂ ਮਿਲ ਸਕਦੀ। ਮੈਂ ਕਿਹਾ ਠੀਕ ਹੈ ਜੀ, ਜੋ ਰੂਲ ਕਹਿੰਦਾ, ਅਤੇ ਗੁਰਪ੍ਰੀਤ ਕੋਲ ਕਾਂਗੜ ਕੋਲ ਤਾਂ ਗਨਮੈਨਾਂ ਦੀ ਫੌਜ ਸੀ,
ਕੋਈ ਮਨਜ਼ੂਰੀ ਨਹੀਂ ਸੀ ਉਹਦੇ ਕੋਲ, ਅਸੀਂ ਦੱਸੀਏ ਆਹ ਇਹ ਹੁਣ ਗਏ ਜੀ ਆਹ ਪਿੰਡ ਜਾਵੜੇ, ਉਹ ਦੂਜੇ ਪਾਸੇ ਨੂੰ DSP ਉੱਠ ਜਾ ਕਰੇ। ਮੈਂ ਕਿਹਾ ਭੇਜਦੇ ਤੁਹਾਨੂੰ ਹੋਰ ਪਾਸੇ ਹੈ, ਤੁਸੀਂ ਜਾਣੇ ਹੋਰ ਪਾਸੇ ਹੈ, 50 ਗੱਡੀਆਂ ਤੁਹਾਨੂੰ ਦੀ ਗਈਆਂ ਨਹੀਂ ਹਲਕੇ 'ਚ ਫਿਰਦੀਆਂ, ਦਵਾ ਦਾ ਫੜ ਕੇ ਵੋਟਾਂ ਪਾਤੀਆਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਵੀ ਚੱਲ ਵੋਟਾਂ ਤਾਂ ਇਹਨੇ ਜਾਲੀ ਦੱਬ ਕੇ ਪਾ ਲਈਆਂ, ਹਰ ਵੋਟ ਜਦੋਂ ਪਾਉਂਦਾ ਬੰਦਾ ਦਸਖਤ ਹੁੰਦੇ ਆ, ਮੈਂ ਵੋਟ ਪਾ ਕੇ ਆਇਆ, ਮੈਂ ਵੀ ਦਸਖਤ ਕਰਾਇਆ ਮੇਰੀ, ਅਤੇ ਬੰਦਿਆਂ 'ਤੇ ਦਸਖਤ ਹੈ ਨਹੀਂ, ਵੋਟਾਂ ਪੈ ਗਈਆਂ ਉਹ ਜਾਲੀ ਕਰਾਰ ਦਿਓ। ਕਹਿੰਦੇ ਸਾਡੇ 'ਤੇ ਕੋਈ ਵੱਸ ਦਾ ਰੋਗ ਨਹੀਂ ਹੈਗਾ ਇਹ ਜਿਹਾ, ਜਿਹੜੀ ਇੰਨੀ ਲਾ ਕਾਨੂੰਨੀ ਇੰਨੀ ਗੁੰਡਾਗਰਦੀ, ਕਦੇ ਅਸੀਂ ਤਾਂ ਹੈਰਾਨ ਰਹਿ ਗਏ ਵੇਖ ਕੇ ਵੀ ਜਿੰਨੀ ਕੱਲ੍ਹ ਸਾਡੇ ਹਲਕੇ ਦੇ ਵਾਸਤੇ ਸਮਝ ਲਓ ਵੀ ਕਾਲਾ ਦਿਨ ਸੀ ਕਿਸਮ ਦਾ, ਜਿਹੜੀ ਪੁਲਿਸ 'ਤੇ ਰਲ ਕੇ ਇਹ ਜਿਹੜੇ ਪੋਲੀਟੀਕਲ ਬੰਦੇ ਜਿਨ੍ਹਾਂ ਨੇ ਗੁੰਡਾਗਰਦੀ ਕੀਤੀ ਹੈ, ਕੁੱਟਮਾਰ ਕੀਤੀ ਹੈ। ਬਠਿੰਡਾ ਜ਼ਿਲ੍ਹੇ ਦੇ ਵਿੱਚ ਵੋਟਰਾਂ ਨੇ ਬਹੁਤ ਮੈਚੋਰਿਟੀ ਦਿਖਾਈ ਕਿ ਇੱਥੇ ਬਿਲਕੁਲ ਅਮਨ ਅਮਾਨ ਨਾਲ ਸ਼ਾਂਤੀ ਨਾਲ ਇਲੈਕਸ਼ਨ ਸੰਪੰਨ ਹੋਇਆ। ਇੱਕ ਅੱਧੀ ਥਾਂ 'ਤੇ ਸਾਨੂੰ ਰਿਪੋਰਟ ਮਿਲੀ ਸੀ, ਇੱਕ ਦਿਆਲਪੁਰ ਮਿਰਜ਼ਾ ਔਰ ਇੱਕ ਕਣਕਵਾਲ, ਦੋਨਾਂ ਥਾਂ 'ਤੇ ਅਸੀਂ ਇਲੈਕਸ਼ਨ ਕਮਿਸ਼ਨ ਦੀ ਪਰਮਿਸ਼ਨ ਨਾਲ ਕੱਲ੍ਹ ਰੀਪੋਲ ਕਰਾਉਣਾ ਤਾਂ ਕਿ ਲੋਕਾਂ ਦਾ ਕੌਨਫੀਡੈਂਸ ਸਿਸਟਮ ਦੇ ਵਿੱਚ ਰੀਸਟੋਰ ਰਹੇ, ਕੌਨਫੀਡੈਂਸ ਬਹਾਲ ਰਹੇ। ਕਿਸੇ ਕਿਸਮ ਦੀ ਜਿਹੜੀ ਹੈ ਵੱਡੇ ਲੈਵਲ ਦੀ ਵਾਇਲੈਂਸ ਦੀ ਧੱਕਾ ਮੁੱਕੀ ਦੀ ਰਿਪੋਰਟ ਸਾਡੇ ਕੋਲ ਆਫੀਸ਼ਲੀ ਨਹੀਂ ਪ੍ਰਾਪਤ ਹੋਈ, ਜੇ ਪ੍ਰਾਪਤ ਹੁੰਦੀ ਤਾਂ ਅਸੀਂ ਜ਼ਰੂਰ ਕਾਰਵਾਈ ਕਰਦੇ। ਅਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੰਤਰੀ ਮੰਡਲ ਦੀ ਇੱਕ ਅਹਿਮ ਬੈਠਕ ਦੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਲਗਭਗ ਸਾਰੇ ਮੰਤਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਮੌਜੂਦ ਰਹੇ। ਮੰਤਰੀ ਮੰਡਲ ਦੀ ਇਸ ਬੈਠਕ ਵਿੱਚ ਕਈ ਵੱਡੇ ਮਤਿਆਂ 'ਤੇ ਚਰਚਾ ਕੀਤੀ ਗਈ ਅਤੇ ਕਈ ਵੱਡੇ ਫੈਸਲਿਆਂ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ। ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਗੱਲ 'ਤੇ ਵੀ ਫੈਸਲਾ ਹੋਇਆ ਕਿ ਵਿਧਾਨ ਸਭਾ ਵਿੱਚ GST ਦੇ ਮਸਲੇ ਨੂੰ ਨਿਬੇੜਨ ਲਈ ਵੱਖਰਾ ਵਿਧਾਨ ਸਭਾ ਸੈਸ਼ਨ ਨਹੀਂ ਸੱਦਿਆ ਜਾਏਗਾ। ਇਸ ਤੋਂ ਇਲਾਵਾ ਸ਼ਾਹਪੁਰ ਕੰਡੀ ਡੈਮ ਦੀ ਉਸਾਰੀ ਦੁਬਾਰਾ ਸ਼ੁਰੂ ਕਰਨ ਦੇ ਲਈ 2800 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਾਬਲੇ ਜ਼ਿਕਰ ਹੈ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਵਿੱਚ ਜੰਮੂ ਅਤੇ ਕਸ਼ਮੀਰ ਵੀ ਹਿੱਸੇਦਾਰ ਨੇ ਅਤੇ ਹਰ ਸਾਲ 206 ਮੈਗਾਵਾਟ ਬਿਜਲੀ ਪੈਦਾ ਹੋਏਗੀ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਅਤੇ ਨੈਣਾ ਦੇਵੀ ਰੋਪਵੇਅ ਨੂੰ ਮਨਜ਼ੂਰੀ ਦੇਣ ਦਾ ਵੀ ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ। ਇਸ ਰੋਪਵੇਅ ਨੂੰ ਹਿਮਾਚਲ ਅਤੇ ਪੰਜਾਬ ਸਰਕਾਰ ਮਿਲ ਕੇ ਬਣਾਉਣਗੇ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਅਨੰਦਪੁਰ ਸਾਹਿਬ ਤੋਂ ਸਿੱਧਾ ਰੋਪਵੇਅ ਦੇ ਜ਼ਰੀਏ ਮਾਤਾ ਨੈਣਾ ਦੇਵੀ ਦੇ ਦਰਸ਼ਨ ਲਈ ਜਾਇਆ ਜਾ ਸਕੇਗਾ, ਜਿਸ ਤੋਂ ਬਾਅਦ ਸੱਭਿਆਚਾਰਕ ਅਤੇ ਧਾਰਮਿਕ ਟੂਰਿਜ਼ਮ ਵਿੱਚ ਵੀ ਵੱਡਾ ਹੁਲਾਰਾ ਆਉਣ ਦੀ ਉਮੀਦ ਹੈ। ਧਾਨ ਦੀ ਫਸਲ ਦੀ ਖਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਮੰਤਰੀ ਮੰਡਲ ਦੀ ਬੈਠਕ ਵਿੱਚ ਵਿਚਾਰ ਚਰਚਾ ਕੀਤੀ ਗਈ। ਉੱਧਰ ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਅੱਜ ਹਰਿਆਣਾ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਅਤੇ ਹਰਿਆਣੇ ਨਾਲ ਸੰਬੰਧਿਤ ਵੱਖ ਵੱਖ ਮੰਗਾਂ ਦਾ ਜ਼ਿਕਰ ਕੀਤਾ। ਕਾਬਲੇ ਜ਼ਿਕਰ ਹੈ ਹਰਿਆਣਾ ਵਿੱਚ SYL ਦਾ ਮਸਲਾ ਇੱਕ ਵਾਰੀ ਫਿਰ ਉਭਾਰ ਫੜ ਗਿਆ। ਜਿਸ ਤਰੀਕੇ ਕਿ ਅਨੁਭਵਹੀਨ ਸਰਕਾਰ ਹੈ, ਸੰਵੇਦਨਹੀਨ ਸਰਕਾਰ ਹੈ ਔਰ ਗੈਰ ਜ਼ਿੰਮੇਦਾਰ ਸਰਕਾਰ ਅੱਜ ਪ੍ਰਦੇਸ਼ ਮੇ ਭਾਰਤੀਯ ਜਨਤਾ ਪਾਰਟੀ ਔਰ ਖੱਟਰ ਸਾਹਿਬ ਕੇ ਨੇਤ੍ਰਿਤਵ ਮੇ ਕਾਮ ਕਰ ਰਹੀ ਹੈ। ਉਨ ਤਮਾਮ ਮੁੱਦੋ ਸੇ ਵੀ ਹਮਨੇ ਉਨਕੋ ਰੂਬਰੂ ਕਰਵਾਇਆ ਹੈ। ਸਭਸੇ ਪਹਿਲੇ ਤੋ ਪੂਰੇ ਦੇਸ਼ ਕੇ ਅੰਦਰ ਜੋ ਰਫੇਲ ਮਹਾ ਘੋਟਾਲਾ ਹੁਆ, 1,30,000 ਕਰੋੜ ਕਾ ਹਮ ਸਭ ਜਾਣਤੇ ਹੈ। ਇਹ ਰਾਸ਼ਟਰੀ ਹਮਾਰਾ ਕਾਰਜਕ੍ਰਮ ਹੈ ਕਿ ਮਹਾਮਹਿਮ ਰਾਸ਼ਟਰਪਤੀ ਜੀ ਤੱਕ ਹਮ ਜੋ ਅਲੱਗ ਅਲੱਗ ਪ੍ਰਦੇਸ਼ੋ ਕੇ ਗਵਰਨਰ ਹੈ ਉਨਕੇ ਮਾਧਿਅਮ ਸੇ ਇਸ ਬਾਤ ਕੋ ਪਹੁੰਚਾਏ ਕਿ ਇਸ ਤਰੀਕੇ ਸੇ ਜਨਤਾ ਕੀ ਗਾੜੀ ਕਮਾਈ, 1,30,000 ਕਰੋੜ ਰੁਪਏ ਕਾ ਯੇ ਘੋਟਾਲਾ ਮੋਦੀ ਜੀ ਔਰ ਸਿੱਧੇ ਸਿੱਧੇ ਅਨਿਲ ਅੰਬਾਨੀ ਜੀ ਨੇ ਮਿਲ ਕਰਕੇ ਕੀਆ ਹੈ, ਉਹ ਸਾਰਾ ਵਿਸਥਾਰ ਸੇ ਪੂਰਾ ਦੇਸ਼ ਅੱਜ ਜਾਣਤਾ ਹੈ ਔਰ ਅੱਜ ਵੀ ਤਾਜ਼ਾ ਤੱਥ ਹੈ ਉਸਮੇ ਨਿਕਲ ਕਰਕੇ ਆਏ ਹੈ ਕਿ ਜੋ HAL ਕੇ ਚੀਫ ਹੈ ਉਹਨਾਂ ਨੇ ਕਿਹਾ ਕਿ ਹਮਾਰੀ ਸ਼ਮਤਾ ਥੀ ਕਿ ਇਸ ਤਰ੍ਹਾਂ ਕਿ ਹਮ ਲੜਾਕੂ ਵਿਮਾਨ ਬਣਾ ਸਕਤੇ ਥੇ ਮਿਲ ਕਰਕੇ, ਲੇਕਿਨ ਉਸਕੇ ਬਾਵਜੂਦ ਵੀ ਕਿਉਂ ਇਹ
रक्षा सौदा समझौता अनिल अंबानी की कंपनी के साथ करवाया गया। ये साफ संकेत हैं कि बहुत बड़ा घालमेल और भ्रष्टाचार इसमें हुआ है। जलंधर के बहुत चर्चित नन रेप केस मामले में एक ऑडियो क्लिप वायरल हुई है जिसन लैके कई तरह के सवाल खड़े हो रहे हैं। आओ सुनते हैं इस पूरे मामले पर जलंधर के पुलिस कमिश्नर का की कहना है। हालांकि दावा किया जा रहा है कि इस पूरे ऑडियो क्लिप में नन पुलिस के एक अफसर नाल गलबात करती नज़र आ रही है। ये फादर पीटर जो कि पीआरओ हैं जलंधर बिशप हाउस के, उन्होंने एक दरखास्त दिया था 25 नवंबर 2017 को। ये कुछ नंस के खिलाफ थे, कुछ नंस के खिलाफ ये दरखास्त था जिसमें कि मिसबिहेवियर और थ्रेटनिंग का एलिगेशन था, और थ्रेटनिंग पर्टिकुलरली थ्रेटनिंग टू कमिट सुसाइड का। ये दरखास्त थाने में रिसीव हुआ था। इस दरखास्त को एएसआई अमरीक सिंह को मार किया था एसएचओ ने, जिसने कि इस दरखास्त के इंक्वायरी के सिलसिले में सिस्टर से बात करी थी, और वो जो बात करी थी ये 25 नवंबर 2017 का ऑडियो है जो कि आज कई चैनल्स पे मैंने टीवी पे देखा है, मैंने उसका पता किया है, और उसे उस इस दरखास्त के इंक्वायरी के सिलसिले में उसने ये बात करी थी। और उसके बाद इंक्वायरी करने के बाद ये उसने अपना रिपोर्ट दिया था कि इस दरखास्त को फाइल कर दिया जाए, क्योंकि वन, उसमें कोई कॉग्निजिबल ऑफेंस नहीं बनता है, और टू, उसमें फादर पीटर ने भी ये जाहिर किया था कि वो दरखास्त को वापस लेना चाहते हैं क्योंकि वो अपने लेवल पे इसको रिजॉल्व करना चाहते हैं। पंजाब इस वेले विच फिलहाल इन्ना ही। नवीं ते ताज़ियां सरगर्मियां दे नाल फिर मुलाकात होएगी। सुरेंद्र डल्ला नूं दिओ इजाजत, धन्नवाद।